ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਗੁਆਂਢੀ ਮੁਲਕ ਮੈਕਸੀਕੋ ਦੀ। ਮੈਕਸੀਕੋ ਦੇ ਵਿੱਚ ਜਿਹੜੇ ਅਮਨ ਕਾਨੂੰਨ ਦੇ ਹਾਲਾਤ ਨੇ ਆਪਾਂ ਨੂੰ ਪਤਾ ਹੀ ਹੈ। ਮੈਕਸੀਕੋ ਦੇ ਵਿੱਚ ਵੱਖ ਵੱਖ ਜਿਹੜੇ ਤਰ੍ਹਾਂ ਦੇ ਮਾਫੀਆਜ਼ ਨੇ, ਉਹ ਚਾਹੇ ਡਰੱਗ ਦਾ ਮਾਫੀਆ ਹੋਵੇ ਤੇ ਚਾਹੇ ਉਹ ਜਿਹੜਾ ਹਥਿਆਰਾਂ ਦਾ ਮਾਫੀਆ ਹੋਵੇ, ਉਹ ਸਰਗਰਮ ਨੇ। 43 ਸਟੂਡੈਂਟ ਮਿਸ ਨੇ ਉੱਥੇ ਪਿਛਲੇ 10 ਸਾਲਾਂ ਤੋਂ। ਸਤੰਬਰ 26, 2014 ਨੂੰ ਜਿਹੜਾ ਇਹਨੂੰ 10 ਸਾਲ ਹੋ ਜਾਣਗੇ ਇਸ ਘਟਨਾ ਨੂੰ। ਕ੍ਰਿਸਟੀਅਨ ਰੋਡਰਿਗਜ਼ ਜਿਹੜਾ ਉਹਨਾਂ ਦੇ ਵਿੱਚ ਇੱਕ ਸੀਗਾ ਤੇ ਹੁਣ 10 ਸਾਲਾਂ ਬਾਅਦ ਵੀ ਜਿਹੜੇ ਇਹਨਾਂ ਦੇ ਮਾਪੇ ਨੇ ਉਹ ਭਾਲ ਕਰ ਰਹੇ ਨੇ ਤੇ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਉਮੀਦ ਲਾ ਰਹੇ ਨੇ ਕਿ ਸ਼ਾਇਦ ਉਹ ਸਰਕਾਰਾਂ ਜਿਹੜੀਆਂ ਨੇ ਉਹ ਸਾਨੂੰ ਉਮੀਦ ਜਿਹੜੀ ਆ ਉਹ ਸਾਡੀ ਜਗਾਉਣਗੀਆਂ, ਸਾਡੀ ਤੋੜਨਗੀਆਂ ਨਹੀਂ ਤੇ ਸਾਨੂੰ ਇਸ ਮਾਮਲੇ ਦੇ ਵਿੱਚ ਨਿਆਂ ਲੈ ਕੇ ਦੇਣਗੀਆਂ। 43 ਸਟੂਡੈਂਟਸ ਦੇ ਨਾਲ ਨਾਲ ਪਿਛਲੇ ਇੱਕ ਦਹਾਕੇ ਦੇ ਵਿੱਚ ਮੈਕਸੀਕੋ ਦੇ ਵਿੱਚ ਤਕਰੀਬਨ 1,15,000 ਲੋਕ ਜਿਹੜੇ ਨੇ ਉਹ ਮਿਸਿੰਗ ਨੇ, ਲਾਪਤਾ ਦੱਸੇ ਜਾਂਦੇ ਨੇ ਮੈਕਸੀਕੋ ਦੇ ਵਿੱਚ। ਉੱਥੇ ਜਿਹੜਾ ਦੱਸਿਆ ਜਾ ਰਿਹਾ ਕਿ ਹਿਊਮਨ ਰਾਈਟ ਜਿਹੜੇ ਐਕਟੀਵਿਸਟ ਨੇ ਉਹਨਾਂ ਦੇ ਵਿੱਚ ਉਹ ਵੀ ਨੇ ਤੇ ਹੋਰ ਜਿਹੜੇ ਲੋਕ ਕਰਪਸ਼ਨ ਦੇ ਖਿਲਾਫ ਗੱਲਬਾਤ ਕਰਦੇ ਸੀ ਜਾਂ ਹੋਰ ਮਾਮਲਿਆਂ ਦੇ ਵਿੱਚ ਜਿਹੜੇ ਐਕਟਿਵ ਲੋਕ ਸੀ ਉਹਨਾਂ ਨੂੰ ਲਗਾਤਾਰ ਉੱਥੋਂ ਜਿਹੜਾ ਲਾਪਤਾ ਕਰ ਦਿੱਤਾ ਗਿਆ। ਹੁਣ ਜਿਹੜੇ ਪ੍ਰੈਜ਼ੀਡੈਂਟ ਐਨਰਿਕ ਪੈਨਾ ਨੀਟੋ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਜਿਹੜੇ ਪਹਿਲਾਂ ਸੀਗੇ ਇਹਨਾਂ ਦੇ, ਮਾਫ਼ ਕਰਨਾ, ਕਿ ਇਹ ਜਿਹੜੇ ਲੋਕ ਨੇ ਜਿਹੜੇ ਵੱਖ ਵੱਖ ਮਾਮਲਿਆਂ ਦੇ ਵਿੱਚ ਲਾਪਤਾ ਨੇ ਇਹਨਾਂ ਨੂੰ ਅਟੈਕ ਕੀਤਾ ਗਿਆ ਵੱਖ ਵੱਖ ਤਰ੍ਹਾਂ ਦੇ ਜਿਹੜੇ ਮਾਫੀਆ ਸੀਗੇ ਉਹਨਾਂ ਵੱਲੋਂ ਤੇ ਡਰੱਗ ਕਾਰਟੇਲ ਜਿਹਨਾਂ ਦੇ ਵਿੱਚ ਆਉਂਦੇ ਨੇ ਜਾਂ ਹੋਰ, ਤੇ ਉਸ ਤੋਂ ਬਾਅਦ ਇਹਨਾਂ ਨੂੰ ਲਾਪਤਾ ਕਰ ਦਿੱਤਾ ਗਿਆ ਤਾਂ ਜਾਂ ਇਹਨਾਂ ਦੀਆਂ ਜਿਹੜੀਆਂ ਬੋਡੀਜ਼ ਨੇ ਉਹਨਾਂ ਨੂੰ ਜਿਹੜੀਆਂ ਲਾਸ਼ਾਂ ਸੀਗੀਆਂ ਉਹਨਾਂ ਨੂੰ ਸਾੜ ਦਿੱਤਾ ਗਿਆ ਜਾਂ ਡੰਪ ਕਰ ਦਿੱਤਾ ਗਿਆ ਕਿਤੇ ਵੀ, ਮਤਲਬ ਉਹਨਾਂ ਦੇ ਜਿਹੜੀਆਂ ਉਸ ਤੋਂ ਬਾਅਦ ਜਿਹੜੀਆਂ ਹੱਡੀਆਂ ਸੀਗੀਆਂ ਉਹਨਾਂ ਨੂੰ ਦਰਿਆਵਾਂ ਦੇ ਵਿੱਚ ਰੋੜ ਦਿੱਤਾ ਗਿਆ। ਤਾਂ ਉਹ ਇੱਕ ਕਹਿੰਦੇ ਕਿ ਬਹੁਤ ਵੱਡੀ ਉਹਨਾਂ ਨੇ ਇੱਕ ਸਾਜਿਸ਼ ਕਹਿ ਲਓ ਜਾਂ ਬਹੁਤ ਵੱਡੀ ਕੌਨਸਪਰੇਸੀ ਵੱਲ ਵੀ ਇਸ਼ਾਰਾ ਕੀਤਾ ਸੀਗਾ। ਪਰ ਜਿਹੜਾ ਹੁਣ ਕਹਿੰਦੇ ਜਸਟਿਸ ਡਿਪਾਰਟਮੈਂਟ ਹੈ ਜਿਹਦੇ ਵਿੱਚ ਇੰਟਰ ਅਮੈਰੀਕਨ ਕਮਿਸ਼ਨ ਵੀ ਹੈ ਹਿਊਮਨ ਰਾਈਟਸ ਦੇ ਉੱਤੇ ਜਾਂ ਟਰੁੱਥ ਕਮਿਸ਼ਨ ਵੀ ਹੈ, ਉਹਨੇ ਇੱਕ ਜਿਹੜਾ ਇਨਵੈਸਟੀਗੇਸ਼ਨ ਇਸ ਮਾਮਲੇ ਦੇ ਵਿੱਚ ਸਟੂਡੈਂਟ ਦੇ ਲਾਪਤਾ ਹੋਣ ਦੇ ਮਾਮਲੇ ਦੇ ਵਿੱਚ ਜਿਹੜੀ ਉਹ ਸ਼ੁਰੂ ਕੀਤੀ ਸੀਗੀ ਤੇ ਉਹਨਾਂ ਨੂੰ ਕਿ ਜਿਹੜੀਆਂ ਕਈ ਮਾਮਲਿਆਂ ਦੇ ਵਿੱਚ ਕਈ ਲਾਸ਼ਾਂ ਤੋਂ ਵੀ ਉਹਨਾਂ ਨੇ ਇਹ ਲਾਪਤਾ ਲਾਸ਼ਾਂ ਜਿਹੜੀਆਂ ਲਾਸ਼ਾਂ ਸੀਗੀਆਂ ਉਹਨਾਂ ਤੋਂ ਵੀ ਇਹ ਕੋਸ਼ਿਸ਼ ਕੀਤੀ ਸੀ ਕਿ ਕਿਤੇ ਇਹ ਲਾਪਤਾ ਸਟੂਡੈਂਟਸ ਦੀਆਂ ਤਾਂ ਨਹੀਂ ਸੀਗੀਆਂ ਜਿਹੜੇ 43 ਮਿਸ ਹੋਏ ਸੀਗੇ, ਪਰ ਉਹਨਾਂ ਮਾਮਲਿਆਂ ਦੇ ਵਿੱਚ ਵੀ ਉਹ ਕਿਸੇ ਫੈਸਲੇ ਤੇ ਕਹਿ ਲਓ ਜਾਂ ਕਿਸੇ ਮੁਕਾਮ ਤੇ ਜਾਂਚ ਉਹ ਨਹੀਂ ਪਹੁੰਚ ਸਕੀ ਜਾਂ ਕਿਸੇ ਸਿੱਟੇ ਤੇ ਕਹਿ ਸਕਦੇ ਆਪਾਂ ਨਹੀਂ ਪਹੁੰਚ ਸਕੀ। ਇੱਕ ਇਹਨਾਂ ਦੇ ਵਿੱਚ 49 ਸਾਲਾ ਮਦਰ ਹੈ ਜਿਹੜੇ ਕਿ ਲਾਪਤਾ ਸਟੂਡੈਂਟਸ ਨੇ, ਬੈਂਜਾਮਿਨ ਐਸਿਨਾਰੀਓ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲਗਾਤਾਰ ਇਸ ਮਾਮਲੇ ਦੇ ਵਿੱਚ ਇਨਸਾਫ ਮੰਗਦਿਆਂ ਨੂੰ 3 ਸਾਲ ਹੋ ਗਏ ਨੇ, 3 ਸਾਲ ਉਹਨਾਂ ਦੇ ਪੁੱਤਰ ਨੂੰ ਲਾਪਤਾ ਹੋਏ ਨੂੰ ਹੋ ਗਏ ਨੇ ਤੇ ਉਹਨਾਂ ਦੀ ਧੀ ਨੂੰ ਲਾਪਤਾ ਹੋਏ ਨੂੰ 5 ਸਾਲ ਬੀਤ ਚੁੱਕੇ ਨੇ, ਪਰ ਹਲੇ ਵੀ ਇਸ ਮਾਮਲੇ ਦੇ ਵਿੱਚ ਸਾਨੂੰ ਕੋਈ ਨਿਆਂ, ਸਾਨੂੰ ਕੋਈ ਇਨਸਾਫ ਦੀ ਉਮੀਦ ਜਿਹੜੀ ਆ ਉਹ ਨਹੀਂ ਦਿਖਾਈ ਦੇ ਰਹੀ। ਤੇ ਹਲੇ ਤੱਕ ਉਹ ਕਹਿੰਦੇ ਕਿ ਦਰਜਨਾਂ ਜਿਹੜੀਆਂ ਬੋਡੀਜ਼ ਨੇ ਉਹ ਮਿਲੀਆਂ ਨੇ, ਪਰ ਉਹਨਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਦੀ ਕੋਈ ਵੀ ਬੋਡੀ ਜਿਹੜੀ ਆ ਉਹ ਸ਼ਨਾਖਤ ਨਹੀਂ ਹੋ ਸਕੀ। ਸੋ ਮੈਕਸੀਕੋ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਅਮਨ ਕਾਨੂੰਨ ਦੀ ਹਾਲਤ ਨੂੰ ਲੈ ਕੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਕਾਰਟੇਲ ਨੇ ਉੱਥੇ ਜਿਹੜੇ ਸਰਗਰਮ ਨੇ। ਟੈਕਸਲਾ ਦੇ ਵਿੱਚ ਜਿਹੜਾ ਉੱਥੋਂ ਦਾ ਇੱਕ ਟਾਊਨ ਹੈ ਮੈਕਸੀਕੋ ਦਾ, ਉੱਥੇ ਇਹਨਾਂ ਨੇ ਇੱਕ ਵਾਰ ਫਿਰ ਤੋਂ ਰੋਸ ਜਿਹੜੇ ਮੁਜ਼ਾਹਰੇ ਨੇ ਉਹ ਕੀਤੇ ਨੇ ਤੇ ਉਹ ਕਹਿੰਦੇ ਕਿ ਹਲੇ ਵੀ ਅਸੀਂ ਜਿਹੜਾ ਇੱਕ ਦਹਾਕੇ ਬਾਅਦ ਵੀ ਇਹਨਾਂ ਸਟੂਡੈਂਟਸ ਦੇ ਲਈ ਇਸ ਮਾਮਲੇ ਦੇ ਵਿੱਚ ਨਿਆਂ ਦੀ ਜਿਹੜੀ ਉਮੀਦ ਉਹ ਰੱਖਦੇ ਹਾਂ।